ਨਸ਼ਿਆਂ ਨੇ ਕੋਈ ਸਮਾਇਕ ਭੁੱਕੀ ਛੱਕਦੇ ਨੇ ਕੁਝ ਕਬਰੂ ਪੱਤੇ ਆਸ਼ਕੀ ਨੇ ਜਿਹੜੇ ਧੂੜ ਕੁੜੀਆਂ ਪਿੱਛੇ ਫੱਕਦੇ ਨੇ ਜਿਨ੍ਹਾਂ ਦੀ ਹੋਰ ਕਿਸੇ ਖੇਤਰ 'ਚ ਗੱਲ ਨਹੀਂ ਬਣਦੀ ਓਏ ਓਟ ਗੂਗਲ 'ਤੇ ਰੱਖਦੇ ਨੇ ਬਹਿ ਕੇ ਇੰਟਰਨੈਟ 'ਤੇ ਫੋਟੋ ਕੋਰ ਵੀ ਦੀ ਤੱਕਦੇ ਨੇ ਬਹਿ ਕੇ ਇੰਟਰਨੈਟ 'ਤੇ ਫੋਟੋ ਕੋਰ ਵੀ ਦੀ ਤੱਕਦੇ ਨੇ ਅੱਜ ਦੇ ਖਬਰੂਆਂ ਦਾ ਹਾਲਾਤਾਂ ਦੇ ਗੱਲਾਂ ਤੇ ਪਰ ਅੱਜ ਕਹਿੰਦੇ ਨੇ ਭਦਾਸ ਦੇ ਪਿੰਡ ਵਾਲੇ ਮੁੰਡਿਆਂ ਨੇ ਕਹਿੰਦੇ ਸਿਰਾ ਕਰਵਾ ਦਿੱਤਾ ਜਿਹਨੂੰ ਕਹਿੰਦੇ ਅੱਜ ਕੱਲ੍ਹ ਦੇ ਮੁੰਡੇ ਸਿਰਾ ਕਹਿੰਦੇ ਨੇ ਮੇਰੇ ਤੂੰ ਸਾਜੇ ਹੱਥ ਟੀਮ ਨੋਟ ਕਰ ਲੈਣ ਮਾਸਟਰ ਸਵਰਨ ਸਿੰਘ ਜੀ ਇਹ ਹੈ ਬੇਗੋਵਾਲ ਦੀ ਟੀਮ ਸਟੇਜ ਵਾਲੇ ਪਾਸੇ ਤੇ ਪਰਲੇ ਪਾਸੇ ਧਾਰੀਵਾਲ ਵੇੜ ਦੀ ਟੀਮ ਖੇਡੇਗੀ ਫਾਈਨਲ ਮੈਚ ਦੀਆਂ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਬਾਬਾ ਹੰਡਾਲ ਕਬੱਡੀ ਕਲੱਬ ਤੇ ਸਾਹਮਣੇ ਰਾਜੇ ਦੀ ਕਬੱਡੀ ਪੈ ਜੂਗੀ ਇਹ ਬੇਗੋਵਾਲ ਦੀ ਟੀਮ ਨੂੰ ਧਾਰੀਵਾਲ ਵੇੜ ਦੇ ਚਾਰ ਜਾਫੀਏ ਗੁਰਪ੍ਰੀਤ ਫੇਰੋ ਚੂਚੀ ਕਹਿੰਦੇ ਵਟਸਐਪ ਦੇ ਉੱਤੇ ਲੱਗਾ ਹੋਇਆ ਮੁੰਡਾ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ ਗੁਰਪ੍ਰੀਤ ਫੇਰੋ ਚੂਚੀ ਦੁਨੀਆਂ ਦੇ ਵਿੱਚ ਵੱਡਾ ਨਾਮ ਹੈ ਫੇਰੋ ਜੀ ਫਾਈਨਲ ਮੈਚ ਦੀਆਂ ਟੀਮਾਂ ਬਾਬਾ ਹੰਡਾਲ ਕਬੱਡੀ ਕਲੱਬ ਬੋਪਾਰ ਆਏ ਤੇ ਦੂਸਰੇ ਪਾਸੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਸਰਪੰਚ ਦਰਸ਼ਨ ਸਿੰਘ ਜੀ ਉੱਥੇ ਪ੍ਰਲਾਪ ਸਿੰਘ ਜੀ ਅੱਜ ਵੱਡੀ ਦੇਣ ਹੈ ਇਹਨਾਂ ਸਾਰੇ ਵੀਰਾਂ ਦੀ ਧੰਨਵਾਦ ਆਓ ਸਾਹਮਣੇ ਨੌਜਵਾਨ ਕਹਿੰਦੇ ਜੱਫੇ ਦੇ ਵਿੱਚ ਕੈਦ ਕਰਦਾ ਹੋਇਆ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਵੱਡੂ ਫੇਰੇ ਚੂਚੀ ਵਾਲਿਆ ਧੰਨਵਾਦ ਆਪਣੇ ਮਾਮਾ ਜੀ ਦੇ ਨਾਲ ਆਇਆ ਜੀਆਂ ਨੂੰ ਔਰ ਵੱਖ ਵੱਖ ਖੇਡ ਮੇਲਿਆਂ ਦੇ ਵਿੱਚ ਕਹਿੰਦੇ ਬੁਲਾਰਿਆਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਉੱਥੇ ਫਰੂਕ ਅਲੀ ਜੀ ਦਾ ਵੀ ਧੰਨਵਾਦ ਮੋਤੀ ਲੱਖਣ ਕਲੇ ਦਾ ਵੀ ਧੰਨਵਾਦ ਮੰਗਲ ਵੀਰ ਦਾ ਵੀ ਧੰਨਵਾਦ ਤੇ ਫਰੂਕ ਅਲੀ ਜੀ ਨੂੰ ਇਸ ਸਾਲ ਵਧਾਈ ਦਿੰਦੇ ਆ ਤੇ ਕਹਿੰਦੇ ਨੇ ਹੁਣ ਪਾਲਟੀ ਜਿਹੜੀ ਇਹਨਾਂ ਵੱਲ ਬਣ ਚੁੱਕੀ ਏ ਡਫਰ ਦੀ ਧਰਤੀ ਤੇ 25 ਤਰੀਕ ਨੂੰ ਵੱਡੇ ਮਾਣ ਤੇ ਵੱਡੇ ਸਤਿਕਾਰ ਇਸ ਸਾਲ ਕਹਿੰਦੇ ਨੇ ਗੋਪੇ ਮੈਂਸ ਮਾਨਕ ਢੇਰੀਵਾਲ ਵੱਲੋਂ ਦੀਪੇ ਖੱਖ ਵੱਲੋਂ ਕੰਤਾ ਧਾਰੀਵਾਲ ਦਰਸ਼ਨ ਸਿੰਘ ਨੇਜਰ ਤੇ ਗੋਲਡੀ ਸਹੋਤਾ ਕਹਿੰਦੇ ਨੇ ਇਸ ਸਾਲ ਫਰੂਕ ਅਲੀ ਨੂੰ ਮੋਟਰਸਾਈਕਲ ਦਿੱਤੇ ਜਾ ਰਹੇ ਨੇ ਤੇ ਇੱਧਰ ਰਾਜੇ ਦੀ ਕਬੱਡੀ ਤੇ ਰਜਤ ਸੌਣ ਵਾਲਿਓ ਤੁਹਾਡਾ ਵੀ ਧੰਨਵਾਦ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਰਜਤ ਸੌਂਦ ਕਿਆ ਬਾਤ ਆ ਲੰਬੜਦਾਰ ਭਜਨ ਸਿੰਘ ਜੀ ਵੀ ਆ ਗਏ ਨੇ ਕਿਆ ਬਾਤ ਆ ਜੇ ਇਹਨਾਂ ਦੇ ਅਹੁਦੇ ਗਿਣੇ ਜਾਣ ਤੇ ਟਾਈਮ ਲੱਗ ਜਾਣਾ ਇੱਧਰ ਕਬੱਡੀ ਦੀ ਗੱਲ ਕਰੀਏ ਸਾਹਮਣੇ ਨੌਜਵਾਨ ਨੇ ਰੇਡ ਪਾ ਦਿੱਤੀ ਏ ਚਾਰ ਜਾਫੀ ਨੇ ਕਹਿੰਦੇ ਬੇਗੋਵਾਲ ਦੀ ਧਰਤੀ ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਦੀ ਧਰਤੀ ਉੱਧਰ ਨੌਜਵਾਨ ਨੇ ਕਹਿੰਦੇ ਜੱਫੇ ਦੇ ਵਿੱਚ ਕੈਦ ਕਰ ਦਿੱਤਾ ਤੇ ਸਮਾਂ ਬੀਤਦਾ ਜਾ ਰਿਹਾ ਜ਼ੋਰ ਲੱਗਦਾ ਹੋਇਆ ਤੇ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਜਾਂਦੀ ਏ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਫਾਈਨਲ ਮੈਚ ਦੀਆਂ ਟੀਮਾਂ ਬਾਬਾ ਹੰਡਾਲ ਕਬੱਡੀ ਕਲੱਬ ਬੋਪਾਰ ਆਏ ਤੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣ 51 ਤੇ 41 ਪ੍ਰਾਈਜ਼ ਹੋਏਗਾ 92,000 ਦਾ ਇੱਕ ਮੈਚ ਖੇਡਿਆ ਜਾਣਾ ਕਹਿੰਦੇ ਅੱਜ ਭਦਾਸ ਦੀ ਧਰਤੀ ਤੇ ਵੱਡੇ ਪੱਧਰ ਤੇ ਦੀਪਾ ਜਿੰਨੇ ਵੀ ਜੱਫੇ ਲਾਏਗਾ ਉਹਨੇ 100-100 ਦਿੱਤੇ ਜਾਣਗੇ ਆਈ ਹੋਈ ਸੰਗਤ ਦਾ ਧੰਨਵਾਦ ਰਹਿ ਰਹਿ ਦਾ ਵੇਲਾ ਵੀ ਹੋ ਚੁੱਕਿਆ ਤੇ ਤਣਾਵੀ ਬੰਦਿਆਂ ਦਾ ਕਲਾਸੀ ਲਾਉਣ ਦਾ ਵੀ ਟਾਈਮ ਹੋ ਗਿਆ ਸਾਹਮਣੇ ਨੌਜਵਾਨ ਨੇ ਰੇਡ ਪਾ ਦਿੱਤੀ ਏ ਖੁੱਚ ਪੱਟੀ ਹੋਈ ਪਰ ਪੁਆਇੰਟ ਜਿਹੜਾ ਉਹ ਬੇਗੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਰਾਜਾ ਕਬੱਡੀ ਪਾਉਂਦਾ ਹੋਇਆ ਟੀਨੂ ਮੁਲਤਾਨੀ ਦਬਾਬਾ ਬੇਜ ਵਾਲਾ ਵੱਖ ਵੱਖ ਖੇਡ ਮੇਲਿਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਰਜਤ ਸੌਂਡ ਵਾਲਿਓ ਤੁਹਾਡਾ ਧੰਨਵਾਦ ਹਰ ਖੁਸ਼ੀ ਦੇ ਮੌਕੇ ਤੇ ਕਹਿੰਦੇ ਰਜਤ ਸੌਂਡ ਯਾਦ ਰੱਖੋ ਬੇਗੋਵਾਲ ਦੇ ਵਿੱਚ ਰਜਤ ਸੌਂਡ ਕਹਿੰਦੇ ਦੁਨੀਆਂ ਦੇ ਵਿੱਚ ਮਸ਼ਹੂਰ ਏ ਤੇ ਬਾਬਾ ਹੰਡਾਲ ਕਬੱਡੀ ਕਲੱਬ ਬੋਪਾਰ ਆਏ ਤੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਟੀਮਾਂ ਨੂੰ ਬੇਨਤੀ ਏ ਧਾਮੀ ਸਾਹਿਬ ਵੱਲੋਂ ਤੇ ਪਾਲ ਅੰਕਲ ਵੱਲੋਂ ਕਿ ਜਲਦੀ ਤੋਂ ਜਲਦੀ ਆ ਜੇ ਮੈਚ ਖੇਡਿਆ ਜਾਵੇਗਾ ਬਹੁਤ ਤਕੜਾ ਤੇ ਉਸ ਮੈਚ ਦੀ ਕਮੈਂਟਰੀ ਕੌਣ ਕਰੇਗਾ ਫਰੂਕ ਅਲੀ ਕਰੇਗਾ ਤੇਰਾ ਇੱਕੋ ਹੀ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾਲੀ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿਜੜਦਾ ਹੈ 16 ਤੇ 17 ਤਰੀਕਾਂ ਹੋਣਗੀਆਂ ਮਕੇਰੀਆਂ ਦੇ ਲਾਗੇ ਟੇਰ ਅੱਗਿਆਂ ਦੇ ਕਬੱਡੀ ਕੱਪ ਦੀਆਂ 22-23 ਤੇ 24-25 ਤਰੀਕਾਂ ਹੋਣਗੀਆਂ ਡੱਫਰ ਦੇ ਕਬੱਡੀ ਕੱਪ ਦੀਆਂ 26 ਤੇ 27 ਤਰੀਕਾਂ ਹੋਣਗੀਆਂ ਗੇਰੇ ਦੇ ਕਬੱਡੀ ਕੱਪ ਦੀਆਂ ਕਹਿੰਦੇ ਤੇ 26 ਤੇ 27 ਤੇ 28 ਤਰੀਕਾਂ 29 ਤੇ 30
ਤੇ 31 ਤਰੀਕ ਹੋਣਗੇ ਬਾਬਾ ਧਰਮਚੰਦ ਸਪੋਰਟਸ ਕਲੱਬ ਬੰਬੋਵਾਲ ਦੀ 28 ਤੇ 29 ਜਸੜਕੇ ਦੇ ਲਾਗੇ ਸੋਤਲਾ ਪਿੰਡੇ ਉੱਥੇ ਵੀ ਵੱਡਾ ਖੇਡ ਮੇਲਾ ਹੋਵੇਗਾ ਪਰ ਇੱਧਰ ਨੌਜਵਾਨ ਨਹੀਂ ਜੱਫਾ ਲਾ ਸਕਿਆ ਹੰਜਿਆਂ ਦੇ ਲਾਗੇ ਮੁਕਾਬਲਾ ਪਰ ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜਦਾ ਹੈ ਪਾਲ ਅੰਕਲ ਜੀ ਇੱਕ ਵਾਰੀ ਸੰਗਤਾਂ ਦੇ ਨਾਲ ਫਤਿਹ ਸਾਂਝੀ ਕਰ ਦਿਓ ਵੱਖ ਵੱਖ ਖੇਡ ਇਹਨਾਂ ਦੇ ਨਾਂ ਦਿਲੋਂ ਕਿਉਂ ਬੋਲਦੇ ਕਿ ਇਹ ਇੰਨਾ ਪਿਆਰ ਕਰਦੇ ਧਾਮੀ ਸਾਹਿਬ ਇਹਨਾਂ ਕੋਲ ਬਹੁਤ ਕੁਛ ਸਿੱਖਣ ਨੂੰ ਮਿਲਦਾ ਧਾਮੀ ਸਾਹਿਬ ਦੀ ਗੱਲ ਕਰ ਲਓ ਤਜਿੰਦਰ ਸਿੰਘ ਕਾਲਸੜ ਸਾਹਿਬ ਦੀ ਗੱਲ ਕਰ ਲਓ ਪਾਲ ਅੰਕਲ ਦੀ ਗੱਲ ਕਰ ਲਓ ਅਮਰਜੀਤ ਸੋਢੀ ਦੀ ਗੱਲ ਕਰ ਲਓ ਇਹ ਸੰਗੀਤਾਂ ਵੱਡੀਆਂ ਦੇਣੇ ਜ਼ਿਲ੍ਹੇ ਹੁਸ਼ਿਆਰਪੁਰ ਦੀਆਂ ਕੁਲਦੀਪ ਸਿੰਘ ਗੋਗੇ ਦੀ ਗੜ੍ਹਦੀ ਵਾਲ ਦੀਆਂ ਗੱਲਾਂ ਹੁੰਦੀਆਂ ਨੇ ਤੇ ਵੱਖ ਵੱਖ ਖੇਡ ਮੇਲਿਆਂ ਦੇ ਵਿੱਚ ਇਹਨਾਂ ਰੈਫਰੀਆਂ ਨੂੰ ਰਾਜੇ ਲੈ ਵੀ ਮਿੰਟੇ ਭਦਾਸ ਵੱਲੋਂ 100 ਰੁਪਈਆ ਤੇਰੇ ਵਾਸਤੇ ਆਇਆ ਹੈ ਕਹਿੰਦੇ ਭਦਾਸ ਦੇ ਮੁੰਡਿਆਂ ਨੇ ਕਹਿੰਦੇ ਕੱਲ ਦੇ ਸਾਰੇ ਏਟੀਐਮ ਖਾਲੀ ਕਰ ਦਿੱਤੇ ਨੇ ਖੁੱਲੇ ਕੱਫੇ ਵੰਡੇ ਜਾ ਰਹੇ ਨੇ ਲੰਬੜ ਸਾਹਿਬ ਜੀ ਆਓ ਉਸ ਪੁਆਇੰਟ ਜਿਹੜਾ ਰੇਡਰ ਦੇ ਖਾਤੇ 'ਚ ਮਿੰਟਾ ਭਦਾਸ ਤੇ ਬੋਵੀ ਭਦਾਸ ਬਬਲੂ ਭਦਾਸ ਜਿੰਨੇ ਦਿਨ ਟੂਰਨਾਮੈਂਟ ਨਹੀਂ ਤਰੀਕ ਆਈ ਤੇ ਉਹਨਾਂ ਦਿਨ ਨੌ ਜਿਹੜੇ ਜਵਾਨ ਨੇ ਇਹ ਏਟੀਐਮ ਦੀ ਲਾਈਨ 'ਚ ਰਹੇ ਨੇ ਵੱਡੇ ਵੱਡੇ ਕੱਫੇ ਦੇ ਰਹੇ ਨੇ ਆਓ ਸਾਹਮਣੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਫਾਈਨਲ ਮੈਚ ਦੀਆਂ ਟੀਮਾਂ ਬਾਬਾ ਹੰਡਾਲ ਕਬੱਡੀ ਕਲੱਬ ਬੋਪਾ ਰਾਏ ਤੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਟੀਮਾਂ ਨੂੰ ਬੇਨਤੀ ਖੇਡ ਮੈਦਾਨ ਤੇ ਲੈ ਵੀ ਦੀਪਿਆ ਜਿੰਨੇ ਜੱਫੇ ਲਾਏਗਾ ਬੋਵੀ ਭਦਾਸ ਕਹਿੰਦਾ ਕਿ ਉਨੇ 100-100 ਦਿੱਤੇ ਜਾਣਗੇ ਆਓ ਸਾਹਮਣੇ ਨੌਜਵਾਨ ਨੇ ਰੇਡ ਪਾ ਦਿੱਤੀ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਤੇ ਕੋਈ ਮੰਦਰਾਂ 'ਚ ਰਾਮ ਰਾਮ ਕਹਿੰਦਾ ਕੋਈ ਗਣੇਸ਼ ਤੇ ਹਨੂਮਾਨ ਪੂਜੇ ਕੋਈ ਭਲਾ ਸਰਬੱਤਾਂ ਮੰਗਦਾ ਏ ਕੋਈ ਦਿਲ ਵਿੱਚ ਵਾਹਿਗੁਰੂ ਨਾਮ ਪੂਜੇ ਕੋਈ ਮਸਜਿਦਾਂ 'ਚ ਨਮਾਜ਼ ਪੜ੍ਹਦਾ ਸੱਚੀ ਸੱਚੇ ਨੂੰ ਮੁਸਲਮਾਨ ਪੂਜੇ ਸਫਲ ਉਹੀ ਹੁੰਦੇ ਜਹਾਨ ਯਾਰਾ ਜਿਹਨਾਂ ਖਿਡਾਰੀਆਂ ਬਾਹਰ ਮੈਦਾਨ ਪੂਜੇ ਜਿਹਨਾਂ ਖਿਡਾਰੀਆਂ ਬਾਹਰ ਮੈਦਾਨ ਪੂਜੇ ਪੁਆਇੰਟ ਜਿਹੜਾ ਬੇਗੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਪੁਆਇੰਟ ਜਿਹੜਾ ਉਹ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਸਾਹਮਣੇ ਨੌਜਵਾਨ ਅਗਲੀ ਰੇਡ ਪਾਉਂਦਾ ਹੋਇਆ ਤੇ ਕੀ ਸਿਫਤ ਸੁਨਾਵਾਂ ਰੰਗਲੇ ਪੰਜਾਬ ਦੀ ਇਹ ਧਰਤੀ ਪੰਜ ਦਰਿਆਵਾਂ ਦੀ ਇੱਥੇ ਰੱਬ ਵਰਗੀਆਂ ਮਾਵਾਂ ਨੇ ਇਹ ਗੋਰੀ ਏ ਚਿੱਟੀ ਏ ਇਹਨੂੰ ਮੈਲੀ ਨਾ ਕਰਿਓ ਜਿਸ ਮਿੱਟੀ ਵਿੱਚ ਖੇਡ ਰਹੇ ਮੇਰੇ ਪੰਜਾਬ ਦੀ ਮਿੱਟੀ ਪੁਆਇੰਟ ਜਿਹੜਾ ਬੇਗੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਬਾਬਾ ਹੰਡਾਲ ਕਬੱਡੀ ਕਲੱਬ ਮੋਪਾ ਰਾਏ ਮਦਨ ਕਪਾਲ ਬੋਪਾ ਰਾਏ ਨੂੰ ਬੇਨਤੀ ਕੀ ਟੀਮ ਖੇਡ ਮੈਦਾਨ ਦੇ ਵਿੱਚ ਲੈ ਕੇ ਆਉਣਗੇ ਰਿਕਾਰਡ ਬਣ ਗਿਆ ਕਹਿੰਦੇ ਅੱਜ ਭਦਾਸ ਦੀ ਧਰਤੀ ਦੇ ਸਰਪੰਚ ਸਾਹਿਬ 4000 ਦੀ ਰੇਡ ਪੈ ਗਈ 4000 ਦੀ ਰੇਡ ਪਵਾਈ ਏ ਉਹ ਕਹਿੰਦੇ ਨੇ ਮਾਲਵਾ ਟੀਵੀ ਵਾਲੇ ਕਹਿੰਦੇ ਕਲਿੱਪ ਬਣਾ ਕੇ ਚਾੜਨਗੇ ਕਿ ਭਦਾਸ ਦੀ ਧਰਤੀ ਤੇ ਲੱਡੇ ਵੱਲ ਪੂਰੀ ਦੀ 4000 ਦੀ ਰੇਡ ਪਈ ਆਹ 2 ਦਿਨ ਪਹਿਲਾਂ 1,16,000 ਦਾ ਜੱਫਾ ਲਾਇਆ ਕਹਿੰਦੇ ਮੰਗੀ ਬਾਗੇ ਪਿੰਡ ਨੇ 1,61,000 ਦਾ ਕਹਿੰਦੇ ਸਲੀਮ ਕੌਂਕਿਆਂ ਵਾਲੇ ਨੇ ਗੁਰਮੀਤ ਮੰਡੀਆਂ ਵਾਲੇ ਨੂੰ ਜੱਫਾ ਲਾਇਆ ਇਹ ਕਬੱਡੀ ਦੀ ਬਦੌਲਤ ਵੱਡੇ ਪੈਸੇ ਦਿੱਤੇ ਜਾਂਦੇ ਨੇ ਇਹ ਪ੍ਰਮੋਟਰਾਂ ਦੀ ਦੇਣ ਤੇ ਓਪਨ 'ਚ ਜਦੋਂ ਖਿਡਾਰੀ ਰਨ ਵੜ ਗਏ ਖੇਡ ਪ੍ਰਮੋਟਰਾਂ ਦੀ ਨੇਜਾ ਉੱਤੇ ਚੜ੍ਹ ਕੇ ਲੱਗਦਾ ਹੈ ਵੀਜ਼ਾ ਫਿਰ ਪਾਸਪੋਰਟ ਤੇ ਮੌਕਾ ਮਿਲੇ ਯੋਧਿਆ ਵਿਦੇਸ਼ ਜਾਣ ਦਾ ਪੁੱਤ ਮਾਵਾਂ ਜਿਨ੍ਹਾਂ ਦੇ ਕਬੱਡੀ ਖੇਡਦੇ ਨਾ ਉੱਚਾ ਹੋ ਜਾਂਦਾ ਖਾਨਦਾਨ ਦਾ ਨਾ ਉੱਚਾ ਹੋ ਜਾਂਦਾ ਖਾਨਦਾਨ ਦਾ ਹਾਫ ਟਾਈਮ ਇਸ ਮੈਚ ਦਾ ਹੋਇਆ ਹੈ ਫਾਈਨਲ ਮੈਚ ਦੀਆਂ ਟੀਮਾਂ ਬਾਬਾ ਹੰਡਾਲ ਕਬੱਡੀ ਕਲੱਬ ਬੋਪਾ ਰਾਏ ਤੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਟੀਮਾਂ ਨੂੰ ਬੇਨਤੀ ਕੀ ਹਾਫ ਟਾਈਮ ਹੋ ਚੁੱਕਿਆ ਪਰ ਟੀਮਾਂ ਗਰਾਊਂਡ 'ਚ ਨਹੀਂ ਆਈਆਂ ਬੇਨਤੀ ਕਰਨਾ ਕਿ ਜਲਦੀ ਤੂੰ ਜਲਦੀ ਮੈਦਾਨ ਦੇ ਵਿੱਚ ਆ ਜਾਣਾ ਜਿੱਤ ਹਾਰ ਦੇ ਫੈਸਲੇ ਹੋ ਰਹੇ ਨੇ ਚੱਲਦੇ ਹੋਏ ਮੈਚ ਦੇ ਵਿੱਚ ਹਾਫ ਟਾਈਮ ਤੋਂ ਬਾਅਦ ਕਬੱਡੀ ਜਿਹੜੀ ਪੈ ਚੁੱਕੀ ਪਰ ਹਾਫ ਟਾਈਮ ਤੋਂ ਪਹਿਲੇ ਜਿਹੜੇ ਨੰਬਰਾਂ ਦਾ ਵੇਰਵਾ ਸੀ ਧਾਰੀਵਾਲ ਬੇੜ ਦੇ 8 ਨੰਬਰ ਸੀ ਤੇ ਬੇਗੋਵਾਲ ਦੇ 12 ਨੰਬਰ ਸੀ ਤੇ ਅਗਲੀ ਕਬੱਡੀ ਕਹਿੰਦੇ ਰਾਜਾ ਬੇਗੋਵਾਲ ਹੀ ਆਪਾਂ ਜਾ ਰਿਹਾ ਬਾਬਾ ਹੰਦਾਲ ਕਬੱਡੀ ਕਲੱਬ ਬੋਪਾ ਰਾਏ ਤੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਟੀਮਾਂ ਨੂੰ ਬੇਨਤੀ ਕੀ ਖੇਡ ਮੈਦਾਨ ਦੇ ਵਿੱਚ ਆ ਜਾਣ ਉਹ ਸਾਹਮਣੇ ਕਹਿੰਦੇ ਨੇ ਧਾਰੀਵਾਲ ਵੇੜ ਦਾ ਨੌਜਵਾਨ ਸਾਹਮਣੇ ਹੋ ਚੁੱਕਿਆ ਜਿੱਥੇ ਦਾ ਮਾਣਕ ਕਹਿੰਦੇ ਬਾਬਾ ਹੰਡਾਲ ਕਬੱਡੀ ਕਲੱਬ ਬੋਪਾ ਰਾਏ ਦੀ ਟੀਮ ਨੂੰ ਖੇਡਣ ਆਇਆ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਪੁਆਇੰਟ ਜਿਹੜਾ ਉਹ ਬੇਗੋਵਾਲ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ
ਉੱਥੇ ਸੰਗਤਾਂ ਦਾ ਮੈਂ ਧੰਨਵਾਦ ਜੀਆਂ ਨੂੰ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਹਮਣੇ ਨੌਜਵਾਨ ਜਫੇ ਦੇ ਵਿੱਚ ਕੈਦ ਕਰਦਾ ਹੈ ਨੌਜਵਾਨ ਨੇ ਗੁੱਟ ਫੜਿਆ ਹੈ ਸਮਾਂ ਬੀਤਦਾ ਜਾ ਰਿਹਾ 30 ਸੈਕਿੰਡ ਦੀ ਕਬੱਡੀ ਬੱਲੇ ਬੱਲੇ ਹੋਈ ਪਈ ਏ ਪਰ ਉੱਧਰ ਨੌਜਵਾਨ ਕੈਂਚੀ ਲਾ ਦਿੱਤੀ ਏ ਤੇ ਪੁਆਇੰਟ ਪਾਲ ਅੰਕਲ ਦੱਸਣਗੇ ਕਿ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਬੇਗੋਵਾਲ ਦੀ ਟੀਮ ਨੂੰ ਪੈਣ ਜਾ ਰਹੀ ਹੈ ਚਾਰ ਜਾਫੀ ਕਹਿੰਦੇ ਧਾਰੀਵਾਲ ਵੇੜ ਦੇ ਪਰ ਨਹੀਂ ਜੱਫਾ ਲਾ ਸਕਿਆ ਤੇ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੈ 16 ਤੇ 17 ਤਰੀਕਾਂ ਹੋਣਗੀਆਂ ਟੇਰਕਿਆਂ ਦੇ ਕਬੱਡੀ ਕੱਪ ਦੀਆਂ ਸਾਬੀ ਸਾਡਾ ਵੀਰ ਜਾਣਕਾਰੀ ਦਿੰਦਾ 16 ਤਰੀਕ ਨੂੰ 55 ਤੇ 65 ਤੇ 17 ਤਰੀਕ ਨੂੰ 35 ਤੇ 25 ਲਈ ਆਲ ਓਪਨ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ ਖੇਡ ਮੈਦਾਨ ਦੇ ਵਿੱਚ ਸਾਹਮਣੇ ਨੌਜਵਾਨ ਨੇ ਕਬੱਡੀ ਪਾਈ ਪਰ ਪੁਆਇੰਟ ਲਓ ਇਹ ਕਿਹੜੀ ਟੀਮ ਆ ਗਈ ਏ ਟਾਈਗਰ ਸਪੋਰਟਸ ਕਲੱਬ ਜ਼ਿਲ੍ਹਾ ਹਿਸ਼ਿਆਰਪੁਰ ਦੀ ਟੀਮ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਗਈ ਏ ਹੁਣ ਪੂਰਾ ਅੜਕਾ ਤੜਕਾ ਹੋਣਾ ਐ ਕਹਿੰਦੇ ਮੈਚ ਪੂਰਾ ਖੜਕੇਗਾ ਇੱਕ ਪਾਸੇ 51 ਤੇ 41 ਪ੍ਰਾਈਜ਼ ਹੋਣਗੇ ਜਿਹੜੀ ਜਿੱਤੇਗੀ ਉਹਨੂੰ 51,000 ਲੰਬੜਦਾਰ ਸਾਹਿਬ ਜਿਹੜੀ ਹਾਰੇਗੀ ਉਹਨੂੰ 41,000 ਪ੍ਰਤਾਪ ਸਿੰਘ ਜੀ ਸਰਪੰਚ ਦਰਸ਼ਨ ਸਿੰਘ ਜੀ ਅੱਜ ਵੱਡੇ ਮਾਣ ਤੇ ਵੱਡੀ ਦੇਣ ਹੈ ਅਗਲੇ ਸਾਲ ਸਰਪੰਚ ਸਾਹਿਬ ਐਲਾਨ ਕਰਦੇ ਕਿ ਸਾਡੇ ਵੱਲੋਂ ਵੱਡੇ ਮਾਣ ਦਿੱਤੇ ਜਾਣਗੇ ਲੰਬੜਦਾਰ ਸਾਹਿਬ ਵੀ ਵੱਡੇ ਮਾਣ ਦੇਣਗੇ ਨੌਜਵਾਨਾਂ ਨੂੰ ਕਿਉਂਕਿ ਨੌਜਵਾਨ ਜਿਹੜੀ ਪਿੰਡ ਦੇ ਮੋਢੀ ਹੁੰਦੇ ਨੇ ਰੱਬ ਨੂੰ ਅੱਜ ਉੱਚਾ ਚੁੱਕ ਰਹੇ ਨੇ ਪਰ ਉੱਧਰ ਨੌਜਵਾਨ ਜੱਫਾ ਲਾਉਣ ਦਾ ਯਤਨ ਕਰ ਰਿਹਾ ਮੇਣਾ ਮੇਣੀ ਜਵਾਨੀ ਹੋਈ ਪਈ ਤੇ ਮਰ ਜਾਣਿਆ ਮਾਨਾ ਤੂੰ ਖੜਾਰੀ ਬੜਾ ਵੱਡਾ ਏ ਬਾਗਾ ਵਾਲੇ ਸ਼ਹਿਰ ਪਟਿਆਲੇ ਤੇਰਾ ਅੱਡਾ ਏ ਪੁਆਇੰਟ ਜਿਹੜਾ ਜਾਹਵੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਰੇਡ ਪਾ ਸਾਹਮਣੇ ਰੇਡ ਪੈਂਦੀ ਹੋਈ ਬੇਗੋਵਾਲ ਦੀ ਟੀਮ ਵੱਲੋਂ ਸਾਹਮਣੇ ਚਾਰ ਜਾਫੀ ਧਾਰੀਵਾਲ ਵੇੜ ਦੀ ਧਰਤੀ ਤੇ ਬਾਬਾ ਹੰਡਾਲ ਕਬੱਡੀ ਕਲੱਬ ਬੋਪਾ ਰਾਏ ਦੀ ਟੀਮ ਨੂੰ ਵੀ ਬੇਨਤੀ ਖੇਡ ਮੈਦਾਨ ਦੇ ਵਿੱਚ ਆ ਜੇ ਟਾਈਗਰ ਸਪੋਰਟਸ ਕਲੱਬ ਜ਼ਿਲ੍ਹੇ ਹਿਸ਼ਿਆਰਪੁਰ ਦੀ ਟੀਮ ਖੇਡ ਮੈਦਾਨ ਦੇ ਵਿੱਚ ਆ ਚੁੱਕੀ ਹੈ ਮੰਗਲਵੀਰ ਦਾ ਧੰਨਵਾਦ ਜਿਹਦੀਆਂ ਅੱਜ ਕਹਿੰਦੇ ਨੇ ਸੱਤੀਆਂ ਹੋਈਆਂ 8 ਕਲੱਬਾਂ ਖੇਡੀਆਂ ਨੇ ਬੈਰੀਗੇਟਾਂ ਦੀਆਂ ਗੱਲਾਂ ਵੱਡੇ ਪੱਧਰ ਤੇ ਹੁੰਦੀਆਂ ਨੇ ਹੂਟਰ ਦੀਆਂ ਗੱਲਾਂ ਵੀ ਵੱਡੇ ਪੱਧਰ ਦੀਆਂ ਮੋਤੀ ਲੱਖਣ ਕਲਾ ਪਿੰਡ ਗਰੀਬ ਪਰਿਵਾਰ ਦੇ ਵਿੱਚੋਂ ਵੱਖ ਵੱਖ ਖੇਡ ਮੇਲਿਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਇਸ ਵੀਰ ਦੀਆਂ ਪਰ ਉੱਧਰ ਨੌਜਵਾਨ ਕਹਿੰਦੇ ਜੱਫੇ ਦੇ ਵਿੱਚ ਕੈਦ ਕਰਦਾ ਹੋਇਆ ਪਾਲ ਅੰਕਲ ਜੀ ਦੇਖਦੇ ਨੇ ਕਿ ਨੌਜਵਾਨ ਪੂਰਾ ਮੰਗੀ ਬੱਗੇ ਪਿੰਗ ਵਾਂਗੂ ਇਕੱਠਾ ਕਰ ਦਿੱਤਾ ਜਿਵੇਂ ਸ਼ਨੇਸ਼ ਕੁਮਾਰੀ ਵੀ ਗਾਉਂਦੀ ਏ ਤੇ ਕਰਦੇ ਇਕੱਠਾ ਰੇਡਰ ਜਿਹੜਾ ਮੁੜ ਕੇ ਆਵੇ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਚੱਲ ਵੀ ਨੌਜਵਾਨਾਂ ਰਾਜਾ ਕਬੱਡੀ ਪਾਉਂਦਾ ਇਸ ਨੌਜਵਾਨ ਨੇ ਕਹਿੰਦੇ ਮੰਗਲ ਕੋ ਗੁਣ ਸਿੱਖੇ ਨੇ ਕਹਿੰਦਾ ਕਿ ਕਬੱਡੀ ਦੇ ਗੁਣ ਸਿਖਾਏ ਨੇ ਉਹਨੇ ਪਰ ਇੱਧਰ ਧਾਰੀਵਾਲ ਵੇੜ ਦੀ ਧਰਤੀ ਦਾ ਨੌਜਵਾਨ ਜੱਫਾ ਲਾਉਣ ਦਾ ਯਤਨ ਕਰ ਰਿਹਾ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ ਸੰਤਾ ਵੇਖਦੀ ਹੋਈ ਸੰਗਤ ਵੇਖਦੀ ਕਿ ਜੱਫਾ ਲੱਗੇਗਾ ਪਰ ਉੱਧਰ ਧਾਰੀਵਾਲ ਵੇੜ ਦਾ ਨੌਜਵਾਨ ਪਰ ਪੁਆਇੰਟ ਰੇਟਰ ਦੇ ਖਾਤੇ ਦੇ ਵਿੱਚ ਜੁੜਦਾ ਹੈ ਮਾਸਟਰ ਸਵਰਨ ਸਿੰਘ ਜੀ ਤੇ ਮਾਸਟਰ ਹਜੂਰਾ ਸਿੰਘ ਜੀ ਅੱਜ ਵੱਡੀਆਂ ਸੇਵਾ ਕਰ ਰਹੇ ਨੇ ਧੰਨਵਾਦ ਮਲਵਾ TV.com ਦੇ ਉੱਤੇ ਕਹਿੰਦੇ ਖੇਡ ਮੇਲਾ ਲਾਈਵ ਚੱਲ ਰਿਹਾ ਦੁਨੀਆ ਦੀ ਪ੍ਰਸਿੱਧ .com ਵੱਖ ਵੱਖ ਖੇਡ ਮੇਲਿਆਂ ਦੇ ਵਿੱਚ ਗੱਲਾਂ ਹੋਈਆਂ ਇਸ ਤੋਂ ਬਾਅਦ ਫਾਈਨਲ ਮੈਚ ਹੋਵੇਗਾ ਪਰ ਉੱਧਰ ਬੇਗੋਵਾਲ ਦੇ ਨੌਜਵਾਨ ਨੇ ਜੱਫਾ ਲਾ ਦਿੱਤਾ ਪੁਆਇੰਟ ਜਿਹੜਾ ਉਹ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਤੇ ਅੱਖ ਵਿੱਚ ਪੈ ਜੇ ਤਾਂ ਵਾਲ ਤੰਗ ਕਰਦਾ ਲੋਹੇ ਨੂੰ ਲੱਗ ਜੇ ਤੇ ਜੰਗਾਲ ਤੰਗ ਕਰਦਾ ਅਮਲੀ ਦਾ ਮੁੱਕ ਜੇ ਤਾਂ ਸਮਾਨ ਤੰਗ ਕਰਦਾ ਗੁਜਰਾਂ ਦੀ ਮੁੱਕ ਜੇ ਪਰਾਲੀ ਤਾਂ ਸਿਆਲ ਤੰਗ ਕਰਦਾ ਗੁਜਰਾਂ ਦੀ ਮੁੱਕ ਜੇ ਪਰਾਲੀ ਤਾਂ ਸਿਆਲ ਤੰਗ ਕਰਦਾ ਜਿਹੜਾ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਪੁਆਇੰਟ ਜਿਹੜਾ ਉਹ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਤੇ ਰੋਕਿਆ ਕਦੇ ਨਾ ਰੁਕਦੀਆਂ ਨੇ ਲਹਿਰਾਂ ਨੇ ਚੜ੍ਹਾਵਦੀਆਂ ਤੇ ਰੋਕਿਆ ਕਦੇ ਨਾ ਰੁਕਦੀਆਂ ਨੇ ਲਹਿਰਾਂ ਨੇ ਚੜ੍ਹਾਵਦੀਆਂ ਤੇ ਅੱਧੀ ਰਾਤੀ ਕਿੱਥੋਂ ਆਇਆ ਮੁੰਡੇ ਬਾਪੂ ਨੂੰ ਪੁੱਛਣ ਨਹੀਂ ਦਿੰਦੇ ਟੱਬਰ ਰੁਸਦਾ ਰੁਸ ਜਾਵੇ ਲੱਖ ਵਾਰੀ ਜਿਹਦੇ ਪਿੱਛੇ ਤੁਰੇ ਫਿਰਦੇ ਉਹਨੂੰ ਰੁਸਣ ਨਹੀਂ ਦਿੰਦੇ ਪੈਸੇ ਲੈਂਦੇ ਫੀਸਾਂ ਤੂੰ ਘਰੇ ਭਰਨੀ ਪਰ ਮੱਖਣ ਬਰਾਰਾ ਗਰਲਫਰੈਂਡ ਦੇ ਪੈਸੇ ਮੁੱਕਣ ਨਹੀਂ ਦਿੰਦੇ ਮੱਖਣ ਬਰਾਰਾ ਗਰਲਫਰੈਂਡ ਦੇ ਪੈਸੇ ਮੁੱਕਣ ਨਹੀਂ ਦਿੰਦੇ ਫਰੂਕ ਅਲੀ ਹੱਸਦੇ ਨੇ ਵੱਡਾ ਨਾਮ ਏ ਖੇਡ ਕਮੈਂਟਰੀ ਦੀ ਦੁਨੀਆ ਦੇ ਵਿੱਚ ਤੇ ਵੱਡਾ ਪਿਆਰ ਸਾਡੇ ਨਾਲ ਇੱਧਰ ਰਾਜਾ ਸਾਹਮਣੇ ਧਾਰੀਵਾਲ ਵੇੜ ਦਾ ਨੌਜਵਾਨ ਜੱਫਾ ਲਾਉਣ ਦਾ ਯਤਨ ਕਰ ਰਿਹਾ ਪਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੈ ਤੇ ਭੱਜਿਆਂ ਨੂੰ ਇੱਕੋ ਜਿਹਾ ਵਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣੀ ਮਿੱਤਰੋ ਰਾਜੇ ਖੇਲੇ ਗੱਲ ਲਿਖਾ ਲੱਖ ਲੱਖ ਦੀ
ਧੁੰਮ ਪੈ ਗਈ ਪਧਾਸ ਦੇ ਕਬੱਡੀ ਕੱਪ ਦੀ ਧੁੰਮ ਪੈ ਗਈ ਪਧਾਸ ਦੇ ਕਬੱਡੀ ਕੱਪ ਦੀ ਅੱਜ ਧੁੰਮ ਪਈ ਏ ਅਗਲੇ ਸਾਲ ਮੋਟਰਸਾਈਕਲ ਦਿੱਤੇ ਜਾਣੇ ਨੇ ਮਿੰਟਾ ਪਧਾਸ ਬੋਵੀ ਪਧਾਸ ਬਬਲੂ ਪਧਾਸ ਲਾਡੀ ਪਧਾਸ ਹੈਪੀ ਪਧਾਸ ਕਹਿੰਦੇ ਨੇ ਵੱਡੇ ਮਾਣ ਕਰਦੇ ਨੇ ਉੱਥੇ ਸਾਡਾ ਲਾਡੀ ਜੋਤ ਪਧਾਸ ਦੀਆਂ ਗੱਲਾਂ ਬੱਬਲ ਪਧਾਸ ਦੀਆਂ ਗੱਲਾਂ ਗੋਪੀ ਪਧਾਸ ਦੀਆਂ ਗੱਲਾਂ ਬੱਗਾ ਪਧਾਸ ਬੋਵੀ ਪਧਾਸ ਵਿੱਕੀ ਪਧਾਸ ਦਮਨ ਪਧਾਸ ਤੇ ਗੋਪੀ ਪਧਾਸ ਨਿਸ਼ਾਨ ਪਧਾਸ ਲਾਡਾ ਪਧਾਸ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਹੈਪੀ ਪਧਾਸ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸੂਰਜ ਪਧਾਸ ਸ਼ੇਰਾ ਪਧਾਸ ਤੇ ਡਿੰਪਲ ਪਧਾਸ ਸਪੇਨ ਕਰਨ ਪਧਾਸ ਸਪੇਨ ਰੋਕੀ ਪਧਾਸ ਯੂ ਐਸ ਏ ਲਓ ਜੀ ਫਾਈਨਲ ਮੈਚ ਹੁਣ ਸ਼ੁਰੂ ਹੋਣ ਜਾ ਰਿਹਾ ਤੇ ਮਾਸਟਰ ਸਵਰਨ ਸਿੰਘ ਜੀ ਕਿਹੜੀ ਟੀਮ ਜਿੱਤੀ ਹੈ ਬੇਗੋਵਾਲ ਸਾਢੇ ਚੌਵੀ ਜਿਹੜੇ ਨੇ ਬੇਗੋਵਾਲ ਦੇ ਨੇ ਬਾਰਾਂ ਧਾਰੀਵਾਲ ਵੇਟ ਜ਼ਿਲ੍ਹੇ ਕਪੂਰਥਲੇ ਦੀ ਟੀਮ ਦੇ ਨੇ ਇੱਕ ਪਾਸੇ ਦੋਨੇ ਟੀਮਾਂ ਕਹਿੰਦੇ ਨੇ ਵੱਡੇ ਪੱਧਰ ਤੇ ਖੇਡ ਰਹੀਆਂ